ਇਹ ਤੁਹਾਨੂੰ ਅੱਜ ਜਲੰਧਰ ਦੇ ਕੱਲ੍ਹ ਤੋਂ ਚਾਰੇ ਪਾਸੇ ਇਸ ਤਰ੍ਹਾਂ ਦਾ ਮਾਹੌਲ ਮਿਲ ਰਿਹਾ। ਕਿਸੇ ਪਾਸੇ ਵੀ ਜਾਓਗੇ ਤੁਸੀਂ ਫਗਵਾੜਾ ਕ੍ਰੋਸ ਕਰਕੇ, ਜਦੋਂ ਵੀ ਤੁਸੀਂ ਫਗਵਾੜਾ ਕ੍ਰੋਸ ਕਰਦੇ ਹੋ ਲੁਧਿਆਣੇ ਵੱਲੋਂ ਜਾਂਦੇ ਜਾਂ ਕਰਤਾਰਪੁਰ ਪਹੁੰਚਦੇ ਹੋ ਅੰਮ੍ਰਿਤਸਰ ਵੱਲੋਂ ਆਉਂਦੇ, ਤਾਂ ਉਸ ਤੋਂ ਬਾਅਦ ਵਿਚਕਾਰ ਦਾ ਜਿਹੜਾ ਸਾਰਾ ਰਸਤਾ ਪੂਰੀ ਤਰ੍ਹਾਂ ਬਲੌਕ ਹੋਇਆ ਹੋਇਆ। ਇਸ ਤਰ੍ਹਾਂ ਦੇ ਸੀਨ ਤੁਹਾਨੂੰ ਆਮ ਮਿਲਣਗੇ ਜਿੱਥੇ ਵੀ ਤੁਸੀਂ ਸਰਚ ਕਰੋਗੇ। ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਟ੍ਰੈਫਿਕ ਦੇ ਵਿੱਚ, ਟੁੱਟੇ ਹੋਏ ਰਾਹਾਂ ਦੇ ਵਿੱਚ, 3 ਜਾਂ 4 ਜਗ੍ਹਾ ਮੈਂ ਐਂਬੂਲੈਂਸ ਦੇਖੀਆਂ ਨੇ ਤੜਫਦੇ ਬੰਦੇ ਜਿਹੜੇ ਵਿੱਚ ਫਸੇ ਹੋਏ ਸੀ, ਜਿਹੜੇ ਨਜ਼ਰ ਆ ਰਹੇ ਸੀ। ਇਸ ਤੋਂ ਬਿਨਾਂ ਪਤਾ ਨਹੀਂ ਕਿੰਨੀ ਕੁ ਜਗ੍ਹਾ, ਕਿੰਨੀ ਕੁ ਅਰਜੈਂਸੀ ਦੇ ਵਿੱਚ ਲੋਕ ਹੋਣਗੇ, ਕਿੰਨੀਆਂ ਕੁ ਮੁਸੀਬਤਾਂ ਦੇ ਵਿੱਚ ਹੋਣਗੇ। ਸੋ ਇਹ ਵਿਚਾਰਨ ਵਾਲੀ ਗੱਲ ਹੈ ਸਾਰੀਆਂ ਕਿਸਾਨ ਯੂਨੀਅਨਸ ਵਾਸਤੇ ਵੀ ਕਿ ਕੀ ਇਹੀ ਇੱਕ ਪ੍ਰੋਟੈਸਟ ਦਾ ਰਸਤਾ, ਕੀ ਇਹੀ ਇੱਕ ਰਸਤਾ ਜਿਹਦੇ ਨਾਲ ਅਸੀਂ ਆਪਣੀ ਮੰਗ ਮਨਵਾ ਸਕਦੇ ਹਾਂ। ਅਤੇ ਇਹਦੇ ਨਾਲ ਹੀ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਜਿੰਨਾ ਚਿਰ ਰੋਡ ਬਲੌਕ ਨਹੀਂ ਹੁੰਦੇ, ਕਿ ਉਸ ਟਾਈਮ ਤੱਕ ਉਹ ਜਿਹੜੀ ਗੱਲਬਾਤ ਹੈ ਕਿਸੇ ਨੇਪਰੇ ਨਹੀਂ ਚੜ੍ਹ ਸਕਦੀ। ਸੋ ਦੋਨੋਂ ਸਾਈਡਸ ਨੂੰ ਇਹ 'ਤੇ ਵਿਚਾਰ ਕਰਨ ਦੀ ਲੋੜ ਹੈ। ਇਹ ਹਾਲਾਤ ਕੋਈ ਡੈਮੋਕ੍ਰੇਸੀ ਲਈ ਬਹੁਤ ਸੁਹਾਵਣੇ ਹਾਲਾਤ ਨਹੀਂ ਹੈਗੇ। ਆਮ ਪਬਲਿਕ ਦਾ ਕੀ ਕਸੂਰ ਹੈ ਇਹਦੇ ਵਿੱਚ? ਜਿਹੜੇ ਆਮ ਲੋਕ, ਜੇ ਕਿਸੇ ਦੀ ਜਾਮ ਦੇ ਵਿੱਚ ਜਾਨ ਚਲੀ ਜਾਂਦੀ ਹੈ, ਕੋਈ ਆਪਣੀ ਜਾਨ ਤੋਂ ਹੱਥ ਤੋਂ ਬਹਿੰਦਾ, ਕਿਸੇ ਨੇ ਇਸ ਅੱਧੇ ਘੰਟੇ ਦੇ ਸਫ਼ਰ ਨੂੰ 4-4 ਘੰਟੇ ਲਾ ਕੇ ਕੰਪਲੀਟ ਕੀਤਾ ਹੋਣਾ, ਟੁੱਟੀਆਂ ਭੱਜੀਆਂ ਸੜਕਾਂ ਜਲੰਧਰ ਦੇ 20-25 ਕਿਲੋਮੀਟਰ ਆਲੇ ਦੁਆਲੇ ਦੇ ਹਲਕਿਆਂ ਦੇ ਵਿੱਚ। ਸੋ ਸਾਨੂੰ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ ਕਿ ਅਸੀਂ ਕਿਹੜੇ ਰਸਤੇ ਕਦੋਂ ਅਪਲਾਈ ਕਰਨੇ ਨੇ ਅਤੇ ਕਿੱਥੇ ਕਿੱਥੇ ਸਾਨੂੰ ਕਿਸ ਤਰੀਕੇ ਨਾਲ ਬਿਹੇਵ ਕਰਨਾ। Make a sharp left turn.